ਜਾਨ ਲਬਾਤੇ ਆ ਗਈ ਬਿਜਲੀ ਦਾ ਬਿੱਲ ਸੁਣ ਕੇ ਬਾਲਾਂ ਦੀ ਮੈਂ ਫਿਸ ਬਰਾ ਆ ਕਹਿੰਦਾ ਸ ਥੋਰੇ ਪਾਵਣਾ ਇਹਨਾਂ ਨੂੰ ਇਹਨਾਂ ਦੀ ਮਾਂ ਮਰ ਜਾਵੇ ਜੇ ਘਰੂ 1 ਰੁਪਈਆ ਚਲਾਵਣ ਤਾਂ ਗਰੀਬਾਂ ਦੇ ਉੱਤੇ ਵੋਟ ਲਵਣ ਵਾਸਤੇ ਬੁਥਾੜ ਅਗਾ ਕਰਿੰਦੇ ਨੇ ਅਸ ਆਵਾਮ ਸਾਡੀਆਂ ਸਾਵਾਂ ਵੀ ਇਮਰਾਨ ਖਾਨ ਨੂੰ ਲੱਗ ਜਾਵਣ ਅਸਲਾਮ ਅਲੈਕਮ ਨਾਜ਼ਰੀਨ ਮੈਂ ਹਾਂ ਤੁਹਾਡਾ ਹੋਸਟ ਨਈਮ ਸ਼ਾ ਔਰ ਤੁਸੀਂ ਵੇਖ ਰਹੇ ਹੋ ਅਚਨਾਵੀ ਟੀਵੀ 1 ਤੇ ਜਨਾਬ ਅੱਜ ਅਸਾਂ ਮੌਜੂਦ ਹੈ ਇਹ ਆਵਾਮੀ ਸ਼ਾਇਰ जनाब सجاد హైదర్ हला साहब ਕੋਲੋਂ کافی ਅਰਸੇ ਤੋਂ ਗੋਸ਼ੇ ਨਸ਼ੀਨ ਹਨ ਬੜੀ ਤਕ ਉਹ ਦੋ ਨਾਲ ਇਨਾਂ ਨੂੰ ਲੱਭਿਆ ਇਨਾਂ ਦਾ ਨੰਬਰ ਮਿਲਿਆ ਔਰ ਇਨਾਂ ਨੂੰ ਫੋਨ ਕਰਕੇ ਅਸਾ ਇੱਥੇ ਪਹੁੰਚੇ अच्छिया बहुत ही प्यारी नज़मा लिखते हैं इन्हों बहुत ही प्यारी करोना दे, दे बहुत ही प्यारी एक नज़म बड़ी मशहूर हुई तो हूँ भी एक इन्होंने बड़ी ही खूबसूरत नज़म तैयार की है। सुनने हैं ओकी हो ओकी नज़म है असलम जी वालेकुम अस्सलाम क्या हाल है भाईजान अलहमदिल्ला अल्लाह का करम है काफ़ी अरसित गोश नशीन है खैरियत ਮਾਜੀ ਭਾਈ ਨਈਮ ਸ਼ਾਹ ਸਾਹਿਬ ਕੁਝ ਐਸੇ ਹਾਲਾਤ ਹੁੰਦੇ ਜਿਸ ਦੀ ਵਜ੍ਹਾ ਤੂੰ ਬੰਦੇ ਨੂੰ ਗੋਸ਼ ਨਸ਼ੀਨ ਹੋਣਾ ਪੰਦਾ ਹੈ ਹਾਲਾਤ ਵਾਕਿਆਤ ਜ਼ਮਾਨਾ ਸਾਜ਼ੀ ਮਹਿੰਗਾਈ ਉਹਦੀ ਵਜ੍ਹਾ ਤੋਂ ਗੋਸ਼ ਨਸ਼ੀਨ ਹੋਇਆ ਤੇ ਹੁਣ ਅਗਰ ਤੁਸੀਂ ਯਾਦ ਕੀਤਾ ਹੈ ਤੇ ਅਸਾਂ ਹਾਜ਼ਰ ਹੋ ਗਏ ਆ ਮੇਰੀਆਂ ਦਿਲ ਦੀਆਂ ਧੜਕਣਾ ਆਪਣੀ ਆਵਾਮ ਦੇ ਨਾਲ ਦੁਖੀ ਆਵਾਮ ਦੇ ਨਾਲ ਧੜਕਦੀਆਂ और अलहमद लाला जेलदा सिलाबजदगान हैं उन्हें मेरे दिल दड़कन धड़कदा उन्होंने तकलीफ आ उस तो ज़्यादा मैनू तकलीफ आं कलमकार हाँ लिखण वाला उन्होंने अगर कोई फरियाद न सुने तो मैं अपनी कलम के जरिए उतली लेवल तक ये मैं फरियाद उन्होंने पहुँचावा चाह को करोना जनाब ने एक नज़म लिखी बड़ी प्यारी नज़म आई वो ओ... ਉਸ ਨੂੰ ਬੜੀ ਸ਼ੋਹਰਤ ਮਿਲੀ ਕਾਫੀ ਲੋਕਾਂ ਨੇ ਉਸ ਨਜ਼ਮ ਨੂੰ ਪਿਆਰ ਦਿੱਤਾ ਔਰ ਕਾਫੀ ਲੋਕਾਂ ਨੇ ਉਸ ਨੂੰ ਟਿਕਟੌਕ ਤੇ ਵੀ ਆਪਣੇ ਤੌਰ ਤੇ ਛਾੜਿਆ ਔਰ ਬੜੀ ਮਸ਼ਹੂਰ ਹੋਈ ਉਹ ਨਜ਼ਮ ਉਹ ਕਿਹੜੀ ਨਜ਼ਮ ਆਈ ਬਲ ਜ਼ਰਾ ਦੱਸਿਓ ਸੱਤੇ ਅੱਲਮੀਆਂ ਕਰਮ ਕਮਾ ਕਰੋਨਾ ਵਾਇਰਸ ਤੋਂ ਜਾਨ ਛੁੜਾ ਤੇ ਬਾਲ ਸਾਡੇ ਭੁੱਖੇ ਮਰ ਗਏ ਬਾਲ ਸਾਡੇ ਭੁੱਖੇ ਮਰ ਗਏ ਜੀ ਬੜੀ ਹੀ ਮਸ਼ਹੂਰ ਨਜ਼ਮ ਹੋਈ ਏ ਅੱਛਾ ਹੁਣ ਤੁਸੀਂ ਮੈਨੂੰ ਇਹ ਦੱਸੋ ਭਾਈ ਹੁਣ ਨਵੀਂ ਕਿਹੜੀ ਨਜ਼ਮ ਹੈ ਜਿਹੜੀ ਤੁਸੀਂ ਆਵਾਮ ਨੂੰ ਸੁਣਾ ਰਹੇ ਹੋ ਇਹ ਮੈਂ ਨਜ਼ਮ ਇੰਨੇ ਹੁੰਦਾ ਹੈ ਕਿ ਜਿਵੇਂ ਬੱਚੇ ਪਲਿੰਦੇ ਨਾ ਉਸੇ ਤਰੀਕੇ ਨਾਲ ਇਹ ਕਲਾਮ ਇਹ ਸਤਰਾਂ ਇਹ ਵੀ ਮੇਰੇ ਸਾਡੀਆਂ ਬੱਚਿਆਂ ਵਾਂਗੂ ਹੁੰਦੀਆਂ ਨੇ ਜਿਹੜੇ ਗੁਰਬਤ ਦੀ ਅਕਾਸੀ ਵਿੱਚ ਜਿਹੜੇ ਮੀਡਲ ਕਲਾਸ ਲੋਕਾਂ ਦੀ ਅਕਾਸੀ ਇਹ ਵਿੱਚ ਜਿਹੜੇ ਵਿਚਾਰੇ ਨਾਲ ਲੈ ਸਕਦੇ ਨਾ ਮੰਗ ਸਕਦੇ ਉਹਨਾਂ ਦੀ ਅਕਾਸੀ ਹੈ ਤੇ ਇਹ ਮੈਂ ਕੋਸ਼ਿਸ਼ ਕੀਤੀ ਹੈ ਵੀ ਥੋੜੇ ਜੇ ਕੰਮ ਦੇ ਵਿੱਚ ਢੇਰ ਸਾਰੀ ਗੱਲ ਕਰਨ ਦੀ ਵਾਹ ਜੀ ਵਾਹ ਉਹ ਸੁਣਾਈ ਸੋ ਜਨਾਬ ਉਹ ਕਿਸ ਤਰ੍ਹਾਂ ਦੀ ਨਜ਼ਮ ਤੁਸੀਂ ਨਵੀਂ ਤਿਆਰ ਕੀਤੀ ਜਨਾਬ ਲਾਰਾ ਇਮਰਾਨ ਖਾਨ ਦਾ ਲਾਵਣਾ ਨਾਰਾ ਇਮਰਾਨ ਖਾਨ ਦਾ ਲਾਵਣਾ ਚੋਰਾ ਕੋਲ ਮੁਲਕ ਬਚਾਵਣਾ ਨਾਰਾ ਇਮਰਾਨ ਖਾਨ ਦਾ ਲਾਵਣਾ ਲੋਟਿਆ ਤੂੰ ਮੁਲਕ ਬਚਾਵਣਾ ਨਾਰਾ ਇਮਰਾਨ ਖਾਨ ਦਾ ਲਾਵਣਾ ਡਾਕੂਆ ਤੂੰ ਮੁਲਕ ਬਚਾਵਣਾ ਸਾਰਿਆਂ ਨੂੰ ਕਰ ਦਿਓ ਪਰ ਪਰ ਅਸਖਾਨ ਅਸੈਂਬਲੀ ਪੁਚਾਵਣਾ ਨਰੇ ਇਮਰਾਨ ਖੰਦਲਾਵਣਾ ਓ ਰੋਟੀ ਕਪੜਾ ਮੱਗਾਨ ਵਾਲੇ ਕਿਥੇ ਨਾਰੇ ਗਏ ਨੂਰਾ ਕੁਸ਼ਤੀ ਵਿੱਚ ਗਰੀਬ ਤਮਾਰੇ ਗਏ ਓ ਰੋਟੀ ਕਪੜਾ ਮੱਗਾਨ ਵਾਲੇ ਕਿਥੇ ਨਾਰੇ ਗਏ ਨੂਰਾ ਗੁਸ਼ਦੀ ਵਿੱਚ ਗਰੀਬ ਤਮਾਰੇ ਗਏ ਤੁਹਾਡੇ ਘੋੜਿਆਂ ਮੁਰਬਿਆਂ ਨੂੰ ਖਾਂ ਕਾਵਣਾ ਇੱਕ ਮਰਬਾ ਹੁੰਦਾ ਜ਼ਮੀਨ ਆਲਾ ਇਹ ਮਰਬੇ ਹਨ ਮੇਵੇ ਆਂਦੇ ਸੇਬਾਂ ਦੇ ਉਹ ਤੁਹਾਡੇ ਘੋੜਿਆਂ ਮਰਬਿਆਂ ਨੂੰ ਖਾਵਣਾ ਹੈ ਤੁਹਾਡੇ ਘੋੜਿਆਂ ਮਰਬਿਆਂ ਨੂੰ ਖਾਵਣਾ ਗਰੀਬ ਦਮਣਕਾ ਭਨ ਕੇ ਵਾਂ ਸੁਇਸ ਬੈਂਕ ਦੇ ਅਕਾਊਂਟ ਖੁਲਾਵਣਾ ਨਾਰਾਇ ਇਮਰਾਨ ਖੰਦਲਾਵਣਾ ਇੱਕ ਉਹ ਵੇਲਾ ਖਾਈ ਕੱਲ ਕਮਾਂਦਾ पड़ब्मिला सारा टर कंदा हुआ ਕੀ ਵੇਲਾ ਗਈ ਕੱਲ ਕਮਾਂਦਾ ਪੜ ਬਿਸਮਿਲਲਾ ਸਾਰਟ ਬਰ ਖਾਂਦਾ ਹੁਣ ਸਾਰਟ ਬਾਰੇ ਕਮਾਂਦਾ ਏ ਫੇਰ ਵੀ ਨਖਰਚਾ ਪੂਰਾ ਆਂਦਾ ਏ ਹੁਣ ਸਾਰਟ ਬਰ ਕਮਾਂਦਾ ਏ ਫੇਰ ਵੀ ਨਖਰਚਾ ਪੂਰਾ ਆਂਦਾ ਏ ਤਉਬ ਤੂਬਾ ਮੇਰੀ ਅਸਤਗਫਾਰ ਅਸ ਹੁਣ ਨਹੀਂ ਵਾਤ ਤੁਹਾਨੂੰ ਪਾਵਣਾ इमरान खाम हो बाल महंगाई बुक कई सारे चुण चुण के ਜਾਨ ਲਬਾ ਤੇ ਆ ਗਈ ਬਿਜਲੀ ਦਾ ਬਿੱਲ ਸੁਣ ਕੇ ਆ ਬਲ ਮਹਿੰਗਾਈ ਭੁਗ ਗਾ ਗਈ ਸਾਰੇ ਚੁਣ ਚੁਣ ਕੇ ਜਾਨ ਲਬਾ ਤੇ ਆ ਗਈ ਬਿਜਲੀ ਦਾ ਬਿੱਲ ਸੁਣ ਕੇ ਦੱਸੋ ਭਾਈਓ ਦੱਸੋ ਹੁਣ ਕੀ ਕਰੀਏ ਦੱਸੋ ਭਾਈਓ ਦੱਸੋ ਹੁਣ ਕੀ ਕਰੀਏ ਰੋਟੀ ਖਾਵੀਏ ਜਾਂ ਬਿੱਲ ਭਰੀਏ ਦੱਸੋ ਭਾਈਓ ਦੱਸੋ ਹੁਣ ਕੀ ਕਰੀਏ ਰੋਟੀ ਖਾਵੀਏ ਆ ਬਿਲ ਭਰੀਏ ਬਾਲਾਂ ਦੀ ਮੈਂ ਫਿਸ ਬਰਾਇਆ ਕਹਿੰਦਾ ਸਥਰੇ ਪਾਵਣਾ ਨਾਰਾ ਇਮਰਾਨ ਖਾਨ ਦਾ ਲਾਵਣਾ ਤੇ ਜਨਾਬ ਇਹ ਹਨ ਸਜਾਦ ਹੈਦਰ ਹਲਾ ਸਾਹਿਬ ਜਿਹੜੇ ਕਿ ਸੁਣਾ ਰਹੇ ਨਜ਼ਮ ਨਾਰਾ ਇਮਰਾਨ ਖਾਨ ਦਾ ਲਾਵਣਾ ਹੈ ਡਾਕੂਆਂ ਤੋਂ ਮੁਲਕ ਬਚਾਵਣਾ ਤੇ ਸਰ ਮੈਨੂੰ ਇਹ ਦੱਸੋ ਕਿ Imran Khan ਹੀ ਤੁਹਾਨੂੰ ਕਿਉਂ ਅੱਛਾ ਲੱਗਦਾ Imran Khan ਮੈਨੂੰ ਇਸ ਗੱਲ ਅੱਛਾ ਲੱਗਦਾ ਹੈ ਕਿ Imran Khan ਨੇ ਜਿਹੜੀਆਂ ਪਾਲਿਸੀਆਂ Imran Khan ਦੀਆਂ ਨਾ ਇਹ ਮੇਰੀ 52 ਸਾਲ ਏਜ ਹੈ ਇਸ ਦੇ ਵਿੱਚ ਮੈਂ ਆਪਣੀ ਇਸ ਅੱਧੀ ਸੱਦੀ ਵੇਖੀ ਬੈਠਾ ਇਹਦੇ ਵਿੱਚ ਜਿਹੜਾ ਵੀ ਆਇਆ ਹੈ ਉਹ ਸਾਡ ਸਾਡਾ ਖੂਨ ਨਿਚੋੜਨ ਨਾ ਆਇਆ ਹੈ ਉਹ ਸਾਨੂੰ ਟਿਸ਼ੂ ਪੇਪਰ ਤਰ੍ਹਾਂ ਸਾਡੇ ਕੋਲ ਵੋਟ ਲੈ ਕੇ ਤੇ ਸਾਨੂੰ ਸੱਠ وڑੇਂਦਾ ਇੱਕ ਰੱਦੀ ਦੀ ਟੋਕਰੀ ਦੇ ਵਿੱਚ ਇਹ ਵਾਹਿਦ ਐਸਾ ਲੀਡਰ ਮੁਹੰਮਦ ਅਲੀ ਜਨਾਤ ਬਾਦ ਸਾਡੇ ਪਾਕਿਸਤਾਨ ਨੂੰ ਅੱਲਾਹ ਤਾਲਾ ਦੀ ਤਰਫੋਂ ਇੱਕ ਗਿਫਟ ਮਿਲਿਆ ਇਮਰਾਨ ਖਾਨ ਦੀ ਸ਼ਕਲ ਦੇ ਵਿੱਚ ਜਿਹੜਾ ਆਵਾਮ ਦੇ ਦਰਦ ਦਿਲ ਜਾਣਦਾ ਠੀਕ ਹੈ ਨਾ ਜੀ ਉੱਤਾਂ ਅੱਲਾਹ ਜਾਣਦਾ ਹੈ ਤੱਲੇ ਇਮਰਾਨ ਖਾਨ ਮੁਹੰਮਦ ਉਾਲੇ ਮੁਹੰਮਦ ਜਾਣਦੇ ਨੇ ਠੀਕ ਹੈ ਨਾ ਜੀ ਤੇ ਇਹ ਬਾਕੀ ਜਿਹੜੇ ਵੀ ਹਨ ਜਿਹੜੇ ਵੀ ਹਨ ਚੋਰਨ ਲੁਟੇਰੇ ਹਨ ਇਨਾਂ ਦੀ ਬਾਹਰਲੀ ਇਮਦਾਦਾਂ ਦੇ ਉੱਤੇ ਨਜ਼ਰੇ Imran Khan ਨੂੰ ਆਪਣੇ ਘਰੋਂ ਹੀ ਕਾਸ਼ਾ ਲਾਵਣੀ ਪੈ ਗਈ ਨਾ ਤੇ Imran Khan ਮੇਰਾ ਇਹ ਅਕੀਦਾ ਹੈ ਮੇਰਾ ਈਮਾਨ ਹੈ ਕਿ Imran Khan ਲਈ ਸੀ ਇਨਾਂ ਨੂੰ ਇਨਾਂ ਦੀ ماں ਮਰ ਜਾਵੇ ਚ ਘਰੋਂ 1 ਰੁਪਿਆ ਚਲਾਵਣ ਤਾਂ ਗਰੀਬਾਂ ਦੇ ਉੱਤੇ ਵੋਟ ਲਵਣ ਵਾਸਤੇ ਬੁਥਾੜ ਆ ਗਿਆ ਕਰੇਂਦੇ ਨੇ ਲੇਕਿਨ ਦੇਵਣੀ ਲਵਣੀ ਨਾ ਕਾਸ਼ਾ ਨਹੀਂ ਇਸ ਵਜ੍ਹਾ ਤੋਂ Imran Khan ਸਾਨੂੰ ਬਹੁਤ ਚੰਗਾ ਲੱਗਦਾ ਹੈ ਮੈਨੂੰ ਕੱਲੇ ਨੂੰ ਚੰਗਾ ਨਹੀਂ ਲੱਗਦਾ ਸ਼ਾਹੀ ਮੈਨੂੰ ਕੱਲੇ ਨੂੰ ਚੰਗਾ ਨਹੀਂ ਲੱਗਦਾ ਤੁਸੀਂ ਆਪਣੇ ਦਿਲ ਕੋਲ ਪੁੱਛੋ ਐ ਦੂਸਰੀ ਆਮ ਆਮ ਕੋਲ ਪੁੱਛੋ ਭਾਈ ਜਨ ਬਾਹਰ ਜਾ ਕੇ ਸਰਵੇਤ ਕਰਕੇ ਵੇਖੋ ਬਾਹਰ ਸਰਵੇਤ ਕਰਕੇ ਵੇਖੋ ਇਮਰਾਨ ਖਾਨ ਅੱਲਾ ਦੀ ਤਰਫੋਂ ਸਾਨੂੰ ਅੱਲਾ ਨੇ ਸਾਡੇ ਦਿਲ ਦੇ ਵਿੱਚ ਇਮਰਾਨ ਖਾਨ ਦੀ ਮੁਹੱਬਤ ਜਗਾਈਏ ਕੁਝ ਇਮਰਾਨ ਖਾਨ ਦੀ ਆਪਣੀ ਮਿਹਨਤ ਵੀ ਹੈ ਅਲ ਹਮਦੁਲਿਲਾ ਇਨਸ਼ਾ ਅੱਲਾ ਤਾਲਾ ਇੱਕ ਟਾਈਮ ਆਸੀ ਜਿਹੜੇ ਇਮਰਾਨ ਖਾਨ ਦੇ ਨਾਲ ਜੋ ਜੋ ਸਲੂਕ ਕਰਿੰਦੇ ਪੈਣ ਅੱਲਾਹ ਤਾਲਾ ਦੀ ਲਾਠੀ ਬੜੀ ਬੇਆਵਾਜ਼ ਹੈ ਤੇ ਇਨਸ਼ਾ ਅੱਲਾਹ ਤਾਲਾ ਉਸ ਦਾ ਸਬਰ ਦਾ ਫਲ ਉਸ ਨੂੰ ਅੱਲਾਹ ਤਾਲਾ ਦੇਸੀ ਅੱਲਾ ਮੌਲਾ ਪਾਈ ਤਨ ਪਾਕ ਇਮਰਾਨ ਖਾਨ ਦੀ ਲੰਮੀ ਜ਼ਿੰਦਗੀ ਕਰੇ ਜਿੱਥੇ ਪੈਰ ਹੋ ਉਸ ਉਥਾਂ ਹੀ ਖੈਰ ਹੋ ਉਸ ਅਸ ਆਵਾਮ ਸਾਡੀਆਂ ਸਾਵਾਂ ਵੀ ਇਮਰਾਨ ਖਾਨ ਨੂੰ ਲੱਗ ਜਾਵਣ ਵਾਹ ਜੀ ਵਾਹ ਵਾਹ ਜੀ ਵਾਹ ਇਹ ਹਨ ਜਨਾਬ ਸਜਾਦ ਹیدر ਹਲਸਾਹਬ ਨੇ ਇਸੇ ਦਿਨ ਆਲੀ ਆਪਣੇ ਮੇਜ਼ਬਾਨ ਨਈਮ ਸ਼ਾਹ ਨੂੰ ਦੇ ਸੂਈ ਇਜਾਜ਼ਤ ਆਪਣਾ ਰਖਸੂ ਢੇਰ ਸਾਰਾ ਖਿਆਲ ਅੱਲਾ ਹਾਫਿਜ਼